ਪਟਿਆਲਾ ਦੇ YPS ਚੌਂਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਕੋਲ ਮਲਟੀਪਰਪਸ ਹੈਲਥ ਵਰਕਰ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਮਰਨ ਵਰਤ ਉੱਤੇ ਬੈਠ ਗਏ। ਵਰਕਰਾਂ ਨੇ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਧਰਨਾਕਾਰੀਆਂ ਦੀ ਗੱਲਬਾਤ SDM ਨਾਲ ਹੋਈ, ਜਿਨ੍ਹਾਂ ਮਲਟੀਪਰਪਸ ਹੈਲਥ ਵਰਕਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਦਾ ਸਮਾਂ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਲਟੀਪਰਪਸ ਹੈਲਥ ਵਰਕਰ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ 1200 ਦੇ ਕਰੀਬ ਹੈਲਥ ਵਰਕਰਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਸਨ, ਜਿਸ ਵਿੱਚ ਕਿ ਵੱਖ ਵੱਖ ਕੋਟਿਆਂ ਦੀਆਂ 356 ਪੋਸਟਾਂ ਸਨ। ਪਰ ਸਰਕਾਰ ਨੇ ਜਰਨਲ ਅਤੇ ਕੋਟਿਆਂ ਦੀ ਪੋਸਟ ਭਰਨ ਵਿੱਚ ਦੋਹਰਾ ਮਾਪਦੰਡ ਵਰਤਿਆ, ਜਿਸ ਦੇ ਖਿਲਾਫ਼ ਉਹ ਸੰਘਰਸ਼ ਵਿੱਢਣ ਨੂੰ ਮਜਬੂਰ ਨੇ।